ਪੰਜਾਬੀ ਸੁਪਰ ਹਿੱਟ ਮੂਵੀ ਕਾਲਾ ਸ਼ਾਹ ਕਾਲਾ ਤੋਂ ਬਾਅਦ ਹੁਣ ਬਿੰਨੂ ਢਿੱਲੋਂ ਆਪਣੀ ਨੈਕਸਟ ਮੂਵੀ ਨਾਲ ਆਡੀਅੰਸ ਨੂੰ ਇੰਟਰਟੇਨ ਕਰਨ ਵਾਸਤੇ ਰੈਡੀ ਨੇ। ਇਹ ਮੂਵੀ ਹੈ ਉਹਨਾਂ ਦਾ ਨੈਕਸਟ ਪ੍ਰੋਜੈਕਟ ਨੌਕਰ ਵਹੁਟੀ ਦਾ। ਮੂਵੀ ਦਾ ਨਾਂ ਸੁਣ ਕੇ ਲੱਗਦਾ ਹੈ ਕਿ ਇਸ ਮੂਵੀ 'ਚ ਆਡੀਅੰਸ ਨੂੰ ਕੁਝ ਵੱਖਰਾ ਦੇਖਣ ਨੂੰ ਮਿਲੇਗਾ, ਕਿਉਂਕਿ ਬਿੰਨੂ ਢਿੱਲੋਂ ਹਰ ਵਾਰ ਡਿਫਰੈਂਟ ਕਨਸੈਪਟ ਵਾਲੀਆਂ ਫਿਲਮਾਂ ਲੋਕਾਂ ਸਾਹਮਣੇ ਲੈ ਕੇ ਆਉਂਦੇ ਨੇ। ਜੇ ਅਸੀਂ ਗੱਲ ਕਰੀਏ ਮੂਵੀ ਦੀ ਸਟਾਰਕਾਸਟ ਦੀ ਤਾਂ ਇਸ ਮੂਵੀ ਦੇ ਵਿੱਚ ਬਿੰਨੂ ਢਿੱਲੋਂ ਦੇ ਨਾਲ ਮੁੱਖ ਭੂਮਿਕਾ 'ਚ ਪੰਜਾਬੀ ਐਕਟਰੈਸ ਕੁਲਰਾਜ ਰੰਧਾਵਾ ਦਿਖਾਈ ਦੇਣਗੇ। ਕੁਲਰਾਜ ਰੰਧਾਵਾ ਨੂੰ ਅਸੀਂ ਮੰਨਤ, ਤੇਰਾ ਮੇਰਾ ਕੀ ਰਿਸ਼ਤਾ ਅਤੇ ਨਿਧੀ ਸਿੰਘ ਵਰਗੀਆਂ ਪੰਜਾਬੀ ਫਿਲਮਾਂ 'ਚ ਦੇਖ ਚੁੱਕੇ ਹਾਂ। ਨਾਲ ਹੀ ਇਸ ਮੂਵੀ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਸਪੋਰਟਿਵ ਰੋਲ 'ਚ ਦਿਖਾਈ ਦੇਣਗੇ। ਫਿਲਮ ਦੇ ਸਾਰੇ ਕਿਰਦਾਰ ਦੇਖ ਕੇ ਲੱਗਦਾ ਹੈ ਕਿ ਇਹ ਮੂਵੀ ਜ਼ਬਰਦਸਤ ਕਾਮੇਡੀ ਨਾਲ ਲੋਕਾਂ ਨੂੰ ਇੰਟਰਟੇਨ ਕਰੇਗੀ। ਇਸ ਮੂਵੀ ਨੂੰ ਲਿਖਿਆ ਹੈ ਵੈਭਵ ਅਤੇ ਸ਼੍ਰੇਆ ਨੇ ਅਤੇ ਪ੍ਰੋਡਿਊਸ ਕੀਤਾ ਹੈ ਸੰਜੀਵ ਕੁਮਾਰ, ਰੋਹਿਤ ਕੁਮਾਰ ਐਂਡ ਸਮੀਪ ਕੰਗ ਨੇ, ਅਤੇ ਮੂਵੀ ਦੇ ਕੈਪਟਨ ਆਫ ਦੀ ਸ਼ਿਪ ਹੈ ਸਮੀਪ ਕੰਗ, ਜੋ ਕਿ ਇਸ ਮੂਵੀ ਨੂੰ ਡਾਇਰੈਕਟ ਕਰਨਗੇ। ਨੌਕਰ ਵਹੁਟੀ ਦਾ ਮੂਵੀ ਸਿਨੇਮਾ ਘਰਾਂ ਵਿੱਚ 23 ਅਗਸਤ 2019 ਨੂੰ ਦਸਤਕ ਦੇਵੇਗੀ ਅਤੇ ਕਾਲਾ ਸ਼ਾਹ ਕਾਲਾ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਮੂਵੀ ਨੂੰ ਦੇਖਣ ਲਈ ਅਤੇ ਉਮੀਦ ਕਰਦੇ ਹਾਂ ਕਿ ਇਹ ਮੂਵੀ ਬਾਕਸ ਆਫਿਸ 'ਤੇ ਵਧੀਆ ਪਰਫੋਰਮ ਕਰੇਗੀ। ਅਤੇ ਐਵੇਂ ਹੀ ਪੰਜਾਬੀ ਫਿਲਮ ਐਂਡ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਵਾਸਤੇ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰੋ।